हेलो एवरीवन वेलकम टू स्टडी रहस्या आज ਕਰਾਂਗੇ ਸਿੱਖ ਗੁਰੂਸ ਦਾ ਪਾਰਟ 7 ਸ੍ਰੀ ਗੁਰੂ ਹਰ राय ਜੀ ਦੇ ਬਾਰੇ ਔਰ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋਗੇ ਤੇ ਸਿੱਖ ਗੁਰੂਸ ਦੇ ਪਹਿਲੇ 6 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇਗੇ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਏਗਾ ਜਾਂ ਤੁਸੀਂ ਇਸੇ ਵੀਡੀਓ ਦੇ ਨੀਚੇ ਫਰਸਟ ਕਮੈਂਟ ਹੈਗਾ ਉਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਲਿੰਕ ਉੱਥੋਂ ਵੀ ਮਿਲ ਜਾਏਗਾ ਸਭ ਤੋਂ ਪਹਿਲਾਂ ਤਾਂ ਜਿਹੜੇ ਸ੍ਰੀ ਗੁਰੂ ਹਰ राय ਜੀ ਨੇ ਇਹ ਸਿੱਖਾਂ ਦੇ 7ਵੇਂ ਗੁਰੂ ਨੇਗੇ ਹੀ ਵਾਸ ਦਾ ਗ੍ਰੈਂਡ ਸਨ ਆਫ ਗੁਰੂ ਹਰਗੋਬਿੰਦ ਜੀ ਜਿਹੜੇ ਸਿੱਖਾਂ ਦੇ 6ਵੇਂ ਗੁਰੂ ਨੇ ਹਰਗੋਬਿੰਦ ਜੀ ਉਹਨਾਂ ਦੇ ਇਹ ਪੋਤੇ ਸੀ ਕਿ ਗ੍ਰੈਂਡ ਸਨ ਸੀ ਤੇ ਇਹ ਬੇਟੇ ਕਿਹਦੇ ਸੀ ਕਿ ਸਨ ਹੈਗੇ ਸੀ ਬਾਬਾ ਗੁਰਦਿੱਤਾ ਤੇ ਮਾਤਾ ਨਿਹਾਲ ਕੌਰ ਜੀ ਦੇ ਮਤਲਬ ਗੁਰੂ ਜੀ ਦੇ ਫਾਦਰ ਤੇ ਮਦਰ ਦਾ ਨਾਮ ਕੀ ਹੈਗਾ ਬਾਬਾ ਗੁਰਦਿੱਤਾ ਤੇ ਮਾਤਾ ਨਿਹਾਲ ਕੌਰ ਤੇ ਮਾਤਾ ਨਿਹਾਲ ਕੌਰ ਜੀ ਦੇ ਹੋਰ ਨਾਮ ਵੀ ਨੇ ਇੱਕ ਕਈ ਵਾਰ ਕੀ ਹੁੰਦਾ ਹੈ ਕਿ ਲੜਕੀਆਂ ਦਾ ਨਾਮ ਵਿਆਹ ਤੋਂ ਪਹਿਲਾਂ ਕੁਝ ਹੋਰ ਹੁੰਦਾ ਵਿਆਹ ਤੋਂ ਬਾਅਦ ਨਾਮ ਚੇਂਜ ਹੋ ਜਾਂਦਾ ਤਾਂ ਸੇਮ ਐਜ਼ ਐਦਾ ਹੀ ਮਾਤਾ ਨਿਹਾਲਕੌਰ ਜੀ ਨਾਮ ਤਾਂ ਮਤਲਬ ਨਿਹਾਲਕੌਰ ਮਾਤਾ ਨਿਹਾਲਕੌਰ ਜੀ ਦਾ ਨਾਮ ਵਿਆਹ ਤੋਂ ਪਹਿਲਾਂ ਕੀ ਸੀਗਾ ਅਨੰਤੀ ਜੀ ਤੇ ਕਈ ਵਾਰ ਉਹਨੂੰ ਕੀ ਪੁਕਾਰਿਆ ਜਾਂਦਾ ਸੀ ਨਤੀ ਜੀ ਵੀ ਕਹਿੰਦੇ ਸੀ ਅਨੰਤੀ ਜੀ ਨਤੀ ਜਾਂ ਨਿਹਾਲਕੌਰ ਮਤਲਬ ਪਰਸਨ ਇੱਕੋ ਇਹ ਨੇਮ ਅਲੱਗ-ਲੱਗ ਨੇ ਤਾਂ ਮਾਤਾ ਜੀ ਦੇ ਨਾਮ ਤਿੰਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਨੂੰ ਨਾਮ ਕੀ-ਕੀ ਨੇਗੇ ਗੁਰੂ ਜੀ ਪੁੱਛ ਸਕਦੇ ਨੇ ਉਸ ਦੇ ਕੋਡ ਨੂੰ ਤੁਸੀਂ ਦੇਖ ਲੈਣਾ ਫਿਰ ਅੰਦਾਜ਼ਾ ਗੁਰੂ ਜੀ ਦਾ ਜਨਮ ਕਦੋਂ ਹੋਇਆ ਸੀਗਾ ਜਨਵਰੀ 1630 ਨੂੰ ਕੀਰਤਪੁਰ ਦੇ ਸਾਹਿਬ ਦੇ ਵਿੱਚ ਗੁਰੂ ਜੀ ਦਾ ਜਨਮ ਹੋਇਆ ਸੀਗਾ ਹੁਣ ਦੇਖੋ ਤੁਹਾਨੂੰ ਕਈ ਜਗ੍ਹਾ ਤੇ ਅੰਸਰ ਮਿਲੇਗਾ 16 ਜਨਵਰੀ ਕਈ ਜਗ੍ਹਾ ਤੇ ਅੰਸਰ ਮਿਲੇਗਾ 26 ਜਨਵਰੀ ਨੂੰ ਬਰਥ ਹੋਇਆ ਸੀ ਬਟ ਇਨ ਸ਼ੋਰਟ ਤੁਸੀਂ ਯਾਦ ਰੱਖਣਾਗਾ ਗੁਰੂ ਜੀ ਦਾ ਜਨਮ ਹੋਇਆ ਸੀਗਾ ਜਨਵਰੀ 1630 ਨੂੰ ਕੀਰਤਪੁਰ ਸਾਹਿਬ ਦੇ ਵਿੱਚ ਉਹ ਅਸੀ ਗੁਰੂ ਹਰ राय ਜੀ ਦਾ ਬਰਤ ਤੇ ਹੁਣ ਕਈ ਸਿਕਲਿਟਰਚਰ ਜਿਹੜਾ ਨਾਮ ਹੈ ਗੁਰੂ ਦਾ ਸਪੈਲ ਹੈ ਕਿਦਾਂ ਲਿਖਦੇ ਨੇਗੇ ਹਰੀ ਰਾਏ ਜੀ ਉਰੇ ਕਲਾ ਹਰ ਰਹੇਗਾ ਤੇ ਪਿੱਛੇ ਉਰੇ ਕੀ ਪਾਉਂਦੇ ਨੇ ਹਰੀ ਰਾਏ ਜੀ ਵੀ ਪਾ ਦਿੰਦੇ ਨੇ ਤਾਂ ਇਹ ਵੀ ਕਈ ਜਗ੍ਹਾ ਤੋਂ ਲਿਖਿਆ ਮਿਲ ਸਕਦਾਗਾ ਹਰ ਰਾਏ ਜੀ ਜਾਂ ਹਰੀ ਰਾਏ ਜੀ ਫਿਰ ਅੰਦਾਗਾ ਗੁਰੂ ਹਰ ਰਾਏ ਵਾਸ ਬੋਰਨ ਟੂ ਨਿਹਾਲਕੌਰ ਐਂਡ ਬਾਬਾ ਗੁਰਦੇਤਾ ਇੰਟੂ ਅ ਸੋਦੀ ਫੈਮਲੀ ਮਤਲਬ ਗੁਰੂ ਜੀ ਦਾ ਜਨਮ ਕਿਹੜੀ ਫੈਮਲੀ ਦੇ ਵਿੱਚ ਹੋਇਆ ਸੀਗਾ ਸੋਦੀ ਕਾਂਡੰਦੇ ਵਿੱਚ ਗੁਰੂ ਜੀ ਦਾ ਬਰਥ ਹੋਇਆ ਸੀਗਾ ਹਿਸ ਫਾਦਰ ਫਾਦਰ ਕੌਣ ਸੀ ਗੁਰੂ ਜੀ ਦੇ ਭਾਈ ਗੁਰਦਿੱਤਾ ਜੀ ਡੈਡ ਵਾਈਲ ਹੀ ਵਾਸ ਅ 8 ইয়ার্স 올ਡ ਮਤਲਬ ਜਦੋਂ ਗੁਰੂ ਹਰ Rai ਜੀ 8 ਸਾਲ ਦੀ ਉਮਰ ਦੇ ਸੀਗੇ ਉਸ ਟਾਈਮ ਤੇ ਇਹਨਾਂ ਦੇ ਪਿਤਾ ਮਤਲਬ ਬਾਬਾ ਗੁਰਦਿੱਤਾ ਗੁਰਦਿੱਤਾ ਜੀ ਦੀ ਡੈਥ ਹੋ ਗਈ ਸੀ ਤੇ ਫਿਰ ਕੀ ਸੀਗਾ ਐਟ ਦਾ ਏਜ ਆਫ 10 ਜਦੋਂ ਗੁਰੂ ਜੀ 10 ਸਾਲ ਦੇ ਹੋ ਗਏ 10 ਸਾਲ ਦੇ ਕਦੋਂ ਹੋਣਗੇ 1640 ਦੇ ਵਿੱਚ ਕਿਉਂਕਿ 1630 ਦੇ ਵਿੱਚ ਬਰਥ ਹੋਇਆ ਸੀਗਾ ਸੋ ਲੰਸੋ ਚਾਲ ਦੇ ਵਿੱਚ 10 ਸਾਲ ਦੇ ਹੋ ਗਏ ਤਾਂ ਗੁਰੂ ਹਰਾਈ ਜੀ ਦਾ ਵਿਆਹ ਕਿਹਨ ਨਾਲ ਹੋ ਗਿਆ ਵਾਸ ਮੈਰੀਡ ਟੂ ਅ ਮਾਤਾ ਕਿਸ਼ਨ ਕੋਰ ਤਾਂ ਸੇਮ ਐਜ਼ ਮਾਤਾ ਕਿਸ਼ਨ ਕੋਰ ਦੇ ਵੀ ਨਾਮ ਨੇ ਹੋਰ ਕੀ ਨਾਮ ਹੈਗਾ ਸੁਲੱਖਣੀ ਜੀ ਵੀ ਕਿਹਾ ਜਾਂਦਾ ਹੈਗਾ ਤੇ ਮਾਤਾ ਕਿਸ਼ਨ ਕੋਰ ਵੀ ਕਿਹਾ ਜਾਂਦਾ ਹੈਗਾ ਤਾਂ ਦੋਨੋਂ ਹੀ ਨਾਮ ਤੁਸੀਂ ਧਿਆਨ ਦੇ ਅੰਦਰ ਰੱਖਣੇ ਨੇ ਕਿ ਕੀ ਕੀ ਨੇਮ ਲੈਂਗੇ ਤੇ ਜਿਹੜੇ ਮਾਤਾ ਕਿਸ਼ਨ ਕੋਰ ਸੀਗੇ ਡਾਟਰ ਕਿਦੇ ਸੀਗੇ ਦੇ ਆਰਾਮ ਦੇ ਹੈ ਡਾਟਰ ਸੀਗੇ ਦੇ ਹੈਜ਼ ਆ ਟੂ ਚਿਲड्रन ਹੁਣ ਗੁਰੂ ਹਰਰਾਏ ਜੀ ਤੇ ਮਾਤਾ ਕਿਸ਼ਨ ਕੋਰ ਦੇ ਦੋ ਬੱਚੇ ਸੀਗੇ ਕੌਨ RAM RAJ ਤੇ HAR KRISHAN JI RAM RAJ ਵੱਡੇ ਬੇਟੇ ਸੀ ਇਹਨਾਂ ਦੇ HAR KRISHAN JI ਛੋਟੇ ਸੀਗੇ ਤਾਂ ਹੁਣ ਜਿਹੜੇ HAR KRISHAN JI ਨੇਗੇ ਇਹ ਸਿੱਖਾਂ ਦੇ 8ਵੇਂ ਗੁਰੂ ਬਣਨਗੇ ਅੱਗੇ ਆਪਾਂ ਅੱਗੇ ਡਿਸਕਸ ਕਰਾਂਗੇ ਤਾਂ ਇਹ ਆਪਣੇ 8th ਗੁਰੂ ਬਣੇ ਨੇਗੇ HAR KRISHAN JI ਤੈਹੋਂ ਜਿਹੜਾ ਬਾਬਾ ਗੁਰਦਿੱਤਾ ਜੀ ਨੇਗੇ ਇਹ ਸਿੱਖ ਪੰਥ ਦੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਪਿਤਾ ਕੌਣ ਸੀਗੇ ਸ੍ਰੀ ਗੁਰੂ ਹਰਗੋਬਿੰਦ ਜੀ ਦਾਦਾ ਹੈਗੇ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਪਰਦਾਦਾ ਸੀਗੇ ਸ੍ਰੀ ਗੁਰੂ ਰਾਮਦਾਸ ਜੀ ਤੇ ਭਰਾ ਨੇਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਪੁੱਤਰ ਹੈਗੇ ਨੇ ਸ੍ਰੀ ਗੁਰੂ ਹਰਰਾਏ ਜੀ ਪੋਤਰੇ ਕੌਣ ਸੀ ਨੰਦਾ ਸ੍ਰੀ ਗੁਰੂ ਹਰਕ੍ਰਿਸ਼ਨ ਰਾਏ ਜੀ ਤੇ ਭਤੀਜੇ ਸੀਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਮਤਲਬ ਜੋ ਵੀ ਇਹਨਾਂ ਦਾ ਰਿਲੇਸ਼ਨ ਰਿਹਾ ਇਹਨਾਂ ਸਭ ਨਾਲ ਇਹ ਸਭ ਦੇ ਸਬਕ ਹੀ ਸੀਗੇ ਸਿੱਖ ਗੁਰੂ ਰ ਮਤਲਬ ਸਿੱਖ ਗੁਰੂ ਦੀ ਪਦਵੀ ਦੇ ਉੱਤੇ ਰਹੇ ਨੇ ਗੁਰੂ ਸਹਬਾਨ ਬਣ ਕੇ ਠੀਕ ਹੈ ਪਾਪਾ ਗੁਰਦਿੱਤਾ ਜੀ ਦੇ ਸਬਦ ਨਾਲ ਰਿਲੇਸ਼ਨ ਕੀ ਹੈਗਾ ਤਾਂ ਤੁਹਾਨੂੰ ਥੋੜਾ ਜਿਹਾ ਆਈਡੀਆ ਹੋਣਾ ਚਾਹੀਦਾ ਹੈਗਾ ਤੇ ਹੁਣ ਜਦੋਂ ਗੁਰੂ ਹਰਾਈ ਜੀ ਨੂੰ ਜਿਹੜੀ ਗੁਰਗੱਦੀ ਆ ਕਦੋਂ ਮਿਲੀ ਹੈਗੀ 1644 ਦੇ ਵਿੱਚ ਹੁਣ ਦੇਖੋ 1630 ਦੇ ਵਿੱਚ ਗੁਰੂ ਜੀ ਦਾ ਬਰਥ ਹੋਇਆ ਹੈਗਾ 1640 ਦੇ ਵਿੱਚ ਗੁਰੂ ਜੀ ਦਾ ਮੈਰਿਜ ਹੋ ਗਿਆ ਹੈਗੀ 1644 ਦੇ ਵਿੱਚ ਗੁਰੂ ਜੀ ਨੂੰ ਕੀ ਹੈ ਗੁਰਗੱਦੀ ਮਿਲ ਗਈ ਹੈਗੀ ਤੇ 1661 ਦੇ ਵਿੱਚ ਗੁਰੂ ਜੀ ਦੀ ਕੀ ਹੈਗੀ ਡੈਥ ਹੋ ਜਾਏਗੀ ਅੱਗੇ ਆਪਾਂ ਦੇਖਾਂਗੇ ਨੈਕਸਟ ਅੰਦਾਗ ਬੱਬਾ ਗੁਰਦਿੱਤਾ ਹੂ ਡਿਡ ਇਨ ਹਿਸ ਫਾਦਰਜ਼ ਲਾਈਫਟਾਈਮ ਲੈਫਟ ਟੂ ਸਨਸ ਮਤਲਬ ਹਾਲੇ ਗੁਰੂ ਜੀ ਦੇ ਫਾਦਰ ਤਾਂ ਜਿੰਦਾ ਹੈਗੇ ਸਬਾਬਾ ਗੁਰਦਿੱਤਾ ਜੀ ਦੇ ਬਟ ਬੱਬਾ ਗੁਰਦਿੱਤਾ ਜੀ ਦੀ ਡੈਥ ਪਹਿਲਾਂ ਹੋ ਗਈ ਸੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆਂਗੀ ਇਹ ਪਹਿਲਾਂ ਵਾਲੀ ਵੀਡੀਓ ਦੇ ਅੰਦਰ ਤੇ ਆਪਦੇ ਪਿੱਛੇ ਦੋ ਬੱਚੇ ਛੱਡ ਗਏ ਸੀਗੇ ਲੈਫਟ ਟੂ ਸਨਸ ਧੀਰਮਲ ਤੇ ਹਰਰਾਇਜ ਧੀਰਮਲ ਵੱਡੇ ਪ੍ਰਾਨਾਂ ਦੇ ਗੁਰੂ ਹਰਰਾਏ ਜੀ ਦੇ ਬਟ ਗੁਰਗੱਦੀ ਇਹਨਾਂ ਨੂੰ ਨਹੀਂ ਮਿਲੀ ਸੀ ਗੁਰਗੱਦੀ ਕਿਹਨੂੰ ਮਿਲੀ ਸੀ ਕਿ ਗੁਰੂ ਹਰਰਾਏ ਜੀ ਨੂੰ ਹਰਰਾਏ ਵਾਸਾ ਹ ਗੁਰੂ ਹਰਗੋਬਿੰਦਸ ਫੇਵਰਟ ਗ੍ਰੈਂਡਸਨ ਤਾਂ ਜਿਹੜੇ ਗੁਰੂ ਹਰਰਾਏ ਜੀ ਨੇਗੇ ਇਹ ਗੁਰੂ ਹਰਗੋਬਿੰਦ ਜੀ ਦੇ ਫੇਵਰਟ ਪੋਤੇ ਸੀਗੇ ਕਿਉਂਕਿ ਸੁਭਾਅ ਤੋਂ ਬਹੁਤ ਹੀ ਮਤਲਬ ਨੇਚਰ ਵਾਈ ਬਹੁਤ ਜੈਂਟਲ ਸੀਗੇ ਤਾਂ ਗੁਰੂ ਜੀ ਨੇ ਆਪਦਾ ਤਾਂ ਗੁਰੂ ਹਰਗੋਬਿੰਦ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਆ ਉਹ ਗੱਦੀ ਕਿਹਨੂੰ ਸੌਂਪੀ ਸੀਗੀ ਗੁਰੂ ਹਰਰਾਏ ਜੀ ਨੂੰ ਆਪਦੀ ਗੁਰਗੱਦੀ ਸੌਂਪੀ ਸੀਗੀ ਨਾ ਕਿ ਤੀਰ ਮਾਰਨ ਨੂੰ ਦਿੱਤੀ ਸੀਗੀ ਹੁਣ ਆਂਦਾ ਕਿ ਗੁਰੂ ਹਰ Rai ਜੀ ਨੇ ਤਿੰਨ ਇੰਪੋਰਟੈਂਟ ਪ੍ਰੀਚਿੰਗਸ ਮਿਸ਼ਨ ਸ਼ੁਰੂ ਕੀਤਾ ਸੀ ਉਹਨੂੰ ਕੀ ਬੋਲਦੇ ਸੀ ਕਿ ਬਖਸ਼ੀਸ਼ ਮਤਲਬ ਤਿੰਨ ਮਹੱਤਮਪੂਰਨ ਪ੍ਰਚਾਰ ਸੰਸਥਾਵਾਂ ਸਥਾਪਿਤ ਕੀਤੀਆਂ ਸੀ ਉਹਦਾ ਨਾਮ ਕੀ ਸੀਗਾ ਬਖਸ਼ੀਸ਼ ਤੇ ਉਹਨਾਂ ਨੇ ਮਤਲਬ ਪੂਰੇ ਕੰਟਰੀ ਦੇ ਅੰਦਰ ਅਲਗ-ਅਲਗ ਹਿੱਸਿਆਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਤਿੰਨ ਮਤਲਬ ਦੇ ਚੇਲਿਆਂ ਨੂੰ ਜਾਂ ਤਿੰਨ ਡਿਸਿਪਲਸ ਨੂੰ ਪੁਆਇੰਟ ਕੀਤਾ ਸੀ ਉਹਨਾਂ ਦੇ ਨਾਮ ਕੀ ਨੇਗੇ ਭਗਵਾਨ ਗਿਰ ਪਾਈ ਫੇਰੂ ਤੇ ਸੁਤਰੇਸ਼ਾਨ ਨੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪ੍ਰਚਾਰ ਕੀਤਾ ਸੀਗਾ ਤਾਂ ਗੁਰੂ ਜੀ ਨੇ ਇਹਨਾਂ ਨੂੰ ਨਿਯੁਕਤ ਕੀਤਾ ਸੀਗਾ ਫਿਰ ਆਂਦਾ ਹੈਗਾ ਹੁਣ ਦੇਖੋ ਉਰੇ ਲੜਾਈ ਹੋਈ ਸੀ ਕਿ ਦੀ ਔਰੰਗਜ਼ੇਬ ਤੇ ਦਾਰਾ ਸੇਖੋ ਦੀ ਲੜਾਈ ਹੋਈ ਸੀ ਦੋਨੇ ਕੌਨ ਸੀ ਇਹ ਸ਼ਾਹਜਹਾਂ ਦੇ ਦੋਨੇ ਬੇਟੇ ਸੀ ਕਿ ਆਪਸ ਲੜੇ ਕਿਉਂ ਸੀ ਇਹ ਵੀ ਸ਼ਾਹਜਹਾਂ ਤੋਂ ਬਾਅਦ ਜਿਹੜੇ ਮਤਲਬ ਉਹਦਾ ਆਪਾਂ ਕਹਿੰਦੇ ਗੱਦੀ ਕਿਉਂ ਨਾ ਮਿਲੂਗੀ ਉਹਨਾਂ ਦੇ ਉਹਨਾਂ ਦੇ ਮੁੰਗਲ ਸਮਰਾਟ ਦੇ ਵਿੱਚ ਤਾਂ ਆਪਾਂ ਲਾ ਤੁਸੀਂ ਮੇਜ਼ ਦੇਖ ਸਕਦੇ ਹੋਗੇ ਸਭ ਤੋਂ ਪਹਿਲਾਂ ਅਕਬਰ ਸੀਗਾ ਅਕਬਰ ਦਾ ਬੇਟਾ ਜਹਾਂਗੀਰ ਜਹਾਂਗੀਰ ਦਾ ਬੇਟੇ ਖੁਸਰੋ ਮਿਜ਼ਰਾ ਅ ਮਿਰਜ਼ਾ ਤੇ ਸ਼ਾਹਜਹਾਂ ਸ਼ਾਹਜਹਾਂ ਦਾ ਬੇਟੇ ਹੈਗੇ ਸੀ ਕਿਦਾਰਾ ਸ਼ੇਖੋ ਤੇ ਔਰੰਗਜ਼ੇ ਬੇਟੇ ਤਾਂ ਨੇ ਦੇ ਕਾਫੀ ਕਾਫੀ ਸੀਗੇ ਜਹਾਂਗੀਰ ਦੇ ਵੀ ਕਾਫੀ ਸੀਗੇ ਅਗੇ ਸ਼ਾਹਜਹਾਂ ਦੇ ਵੀ ਕਾਫੀ ਸੀਗੇ ਬਟ ਮੈਂਨੇ ਸਿਰਫ ਉਹੀ ਵਾਲੇ ਇਨਕਲੂਡ ਕੀਤੇ ਨੇ ਜੋ ਮਤਲਬ ਆਪਾਂ ਨੂੰ ਗੁਰੂਸ ਨਾਲ ਥੋੜਾ ਬਹੁਤਾ ਲਿੰਕ ਆਏਗਾ ਉਹੀ ਵਾਲੇ ਮੈਨੂਰੀ ਲਿਖੇ ਨੇਗੇ ਤਾਂ ਹੁਣ ਦੇਖੋ ਸ਼ਾਹਜਹਾਂ ਦੇ ਦੋ ਬੇਟੇ ਸੀਗੇ ਕਿਦਾਰਾ ਸ਼ੇਖੋ ਵੱਡਾ ਮੁੰਡਾ ਸੀਗਾ ਸ਼ਾਹਜਹ ਤਾਂ ਦਾਰਾ ਸ਼ੇਖੋ ਤੇ ਰੰਗਜੀਤ ਦੋਨੇ ਆਪਸ ਚ ਲੜਪੇ ਸੀਗੇ ਤਾਂ ਸੌਰੀ ਤਾਂ ਰੰਗਜੀਤ ਨੂੰ ਜਿੱਤ ਗਿਆ ਸੀ ਇਹਦੇ ਵਿੱਚ ਤੇ ਮਤਲਬ ਗੁਰਗੱਦੀ ਕਿਹਨੂੰ ਮਿਲ ਗਈ ਸੀਗੀ ਔਰੰਗਜ਼ੇਬ ਨੂੰ ਮਿਲ ਗਈ ਸੀਗੀ ਤਾਂ ਹੀ ਲਿਖਿਆ ਹੈ ਫਸਟ ਲਾਈਨ ਦੇ ਅੰਦਰ ਦਾਰਾ ਸ਼ੇਖੋ ਦਾ ਐਲ্ডার son of ਸ਼ਾਹ ਜਹਾਂ ਐਂਡ ਬ੍ਰਦਰ ਕਿਦਰਜ਼ ਇਹ ਔਰੰਗਜ਼ੇਬ ਦਾ ਤੇ ਦੋਨਾਂ ਦੇ ਵਿਚਾਰ ਲੜਾਈ ਹੋਈ ਸੀ ਵਿਚਕਾਰ ਲੜਾਈ ਹੋਈ ਸੀਗੀ 1658 ਏਸੀ ਵਿੱਚ ਸਮੂਗੜ੍ਹ ਦੀ ਲੜਾਈ ਵਿੱਚੋਂ ਹਾਰਨ ਮੰਗਰੋ ਹਾਰਿਆ ਕੌਣ ਸੀਗਾ ਦੇ ਆਰੰਝੀ ਕੋ ਹਾਰ ਗਿਆ ਸੀਗਾ ਤੇ ਹਾਰਨ ਤੋਂ ਬਾਅਦ ਇਹਨੂੰ ਮਤਲਬ ਦਾਰਾ ਸਿੱਖੋਂ ਨੂੰ ਆਸ਼ੀਰਵਾਦ ਕਿਉਂ ਮਿਲਿਆ ਸੀਗਾ ਗੁਰੂ ਹਰਾਇੋ ਜੀ ਤੋਂ ਇਹਨੇ ਆਸ਼ੀਰਵਾਦ ਪ੍ਰਾਪਤ ਕੀਤਾ ਸੀਗਾ ਦਾਰਾ ਸਿੱਖੋਂ ਨੇ ਤਾਂ ਪੁੱਛਿਆ ਜਾਂਦਾਗਾ ਗੁਰੂ ਹਰਾਇੋ ਜੀ ਨੇ ਬles ਕਿਉਂ ਨੂੰ ਕੀਤਾ ਸੀਗਾ ਤਾ ਗੁਰੂ ਹਰਾਇ ਜੀ ਨੇ ਬਲੈਸ ਅਸ਼ੀਰਵਾਦ ਦਿੱਤਾ ਸੀਗਾ ਦਾਰਾ ਸੇਖੋਂ ਨੂੰ ਤੇ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਇੱਕ ਵਾਰੀ ਜਦ ਉਸ ਨੂੰ ਕੋ ਚਮੜੀ ਦਾ ਰੋਗ ਹੋਇਆ ਰੋਕੇ ਨੂੰ ਹੋਇਆ ਸੀਗਾ ਦਾਰਾ ਸੇਖ ਖ ਬਿਮਾਰ ਹੋ ਗਿਆ ਸੀ ਕਿਤੋਂ ਵੀ ਠੀਕ ਨਹੀਂ ਹੋ ਰਿਹਾ ਸੀਗਾ ਉਹਨੂੰ ਚਮੜੀ ਦਾ ਰੋਗ ਹੋਇਆ ਹੋਇਆ ਸੀਗਾ ਤਾਂ ਗੁਰੂ ਜੀ ਨੇ ਕੀ ਸੀਗਾ ਗੁਰੂ ਹਰਾਇ ਜੀ ਨੇ ਉਹ ਤੰਦਰੁਸਤੀ ਲਈ ਕੁਝ ਜੜੀ ਬੂਟੀਆਂ ਭੇਜੀਆਂ ਸੀਗੀਆਂ ਜਿਸ ਨਾਲ ਉਹਦਾ ਰੋਗ ਕਟਿਆ ਗਿਆ ਤਾਂ ਮਤਲਬ ਗੁਰੂ ਜੀ ਨੂੰ ਕਾਫੀ ਨੋ ਲੈਜ ਸੀ ਕਿ ਜੜੇ ਬੂਟੀਆਂ ਦੇ ਬਾਰੇ ਤਦ ਕੁਝ ਲੋਕਾਂ ਨੇ ਜਦੋਂ ਉਹ ਮਤਲਬ ਆਪਸ ਦੇ ਵਿੱਚ ਲੋਕਾਂ ਨੂੰ ਲੱਗਿਆ ਵੀ ਆਪਸ ਮਿਲ ਰਹੇ ਨਹੀਂ ਦਾਰਾਸ਼ੇਖੋ ਦੀ ਮੁਲਾਕਾਤ ਹੋ ਰ ਗੁਰੂ ਜੀ ਨਾਲ ਤਾਂ ਕੁਝ ਲੋਕਾਂ ਨੇ ਦਾਰਾਸ਼ੇਖੋ ਦੀ ਗੁਰੂ ਜੀ ਨਾਲ ਹੋਈ ਇਸ ਮੁਲਾਕਾਤ ਨੂੰ ਰੰਗਜੀਵ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਕਿਉਂਕਿ ਰੰਗਜੀਵ ਹੁਣ ਗੱਦੀ ਤੇ ਬੈਠ ਗਿਆ ਸੀਗਾ ਉਹ ਹੈਂਡਲ ਕਰੇ ਸਾਰਾ ਕੁਝ ਹੁਬ ਦੇ ਪੀਤਾ ਸ਼ਾਹਜਹਾਨ ਤੋਂ ਬਾਦ ਉਹਨੂੰ ਦਿਖ ਰ ਸੀਗਾ ਤਾਂ ਰੰਗਜੀਵ ਨੇ ਗੁਰੂ ਸਾਹਿਬ ਤੋਂ ਇਸ ਵਰਤਾਰੇ ਦੀ ਸਫਾਈ ਮੰਗੀ ਤਾਂ ਉਹਨੇ ਕਿਹਾ ਮੈਨੂੰ ਸਪੈਨ ਕਰੋ ਵੀ ਤੁਸੀਂ ਕੀ ਕੁਝ ਕੀਤਾਗਾ ਕਿ ਮਤਲਬ ਕਰ ਰਹੇ ਹੋਗੇ ਤਾਂ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬੁਲਾਇਆ ਤਾਂ ਉਹਨੇ ਗੁਰੂ ਰੰਗਜੀਤ ਨੇ ਗੁਰੂ ਹਰਰਾਇ ਜੀ ਨੂੰ ਸੀ ਪਰ ਗੁਰੂ ਹਰਰਾਇ ਜੀ ਆਪ ਨਾ ਜਾ ਕੇ ਗੁਰੂ ਹਰਰਾਇ ਜੀ ਨੇ ਕਿਹਨੂੰ ਭੇਜਿਆ ਸੀਗਾ ਆਪਣੇ ਵੱਡੇ ਪੁੱਤਰ RAMRAAY ਨੂੰ ਸਫਾਈ ਦੇਣ ਦੇ ਲਈ ਭੇਜਿਆ ਸੀਗਾ ਤਾਂ ਗੁਰੂ ਹਰਰਾਏ ਤਾਂ ਗੁਰੂ RAMRAAY ਨੇ ਤਾਂ ਉੱਥੇ ਕੀ ਕੀਤਾ ਸੀਗਾ ਗੁਰੂ ਗ੍ਰੰਥ ਸਾਹਿਬ ਦੇ ਕੁਝ ਪੰਕਤੀਆਂ ਸੀਗੀਆਂ ਉਹਨੂੰ ਗਲਤ ਮਤਲਬ ਅਸਈ ਅਰਥ ਨਾਲ ਦੱਸ ਕਿ ਗਲਤ ਦੱਸਿਆ ਸੀਗਾ ਤਾਂ ਗੁਰੂ ਸਾਹਿਬ ਗੁਰੂ ਹਰ Rai ਜੀ ਆਪਦੇ ਪੁੱਤਰ ਦੀ ਇਸ ਹਰਕਤ ਤੋਂ ਕਾਫੀ ਨਰਾਜ ਹੋਏ ਸੀ ਤੇ ਉਹਨੂੰ ਬੇਦਖਲ ਕਰ ਦਿੱਤਾ ਸੀਗਾ ਆਪਾਂ ਡਿਸਕਸ ਕਰ ਚੁੱਕੇ ਹਾਂਗੇ ਫਿਰ ਆਂਦਾ ਹੈਗਾ ਗੁਰੂ ਹਰ Rai ਜੀ ਨੇ ਯੋਗਦਾਨ ਕੀ ਕੀ ਰਿਹਾ ਹੈਗਾ ਇਹਨੇ ਸਿੱਖ ਧਰਮ ਦਾ ਕਾਫੀ ਪ੍ਰਚਾਰ ਕੀਤਾ ਹੈਗਾ ਗੁਰੂ ਹਰ Rai ਜੀ ਨੇ ਆਪਣੀ ਗੁਰਿਆਈ ਦਾ ਵਧੇਰੇ ਸਮਾਂ ਕਿੱਥੇ ਬਤੀਤ ਕੀਤਾ ਹੈਗਾ ਕੀਰਤਪੁਰ ਦੇ ਵਿੱਚ ਇਹਨਾਂ ਨੇ ਆਪਦਾ ਸਮਾਂ ਮਤਲਬ ਟਾਈਮ ਸਪੈਂਡ ਕਿਤੇ ਜ਼ਿਆਦਾ ਉਨ੍ਹਾਂ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ। ਕਾਫੀ ਲੋਕਾਂ ਨੇ ਸਿੱਖ ਧਰਮ ਅਪਣਾ ਲਿਆ ਵਿੱਚੋਂ ਫੇਮਸ ਕੌਨਸ ਜ਼ਿਆਦਾ ਮਤਲਬ ਉਹਨਾਂ ਵਿੱਚੋਂ ਭਗਤਗੀਰ ਪਾਈ ਸੰਗਤੀਆਂ ਤੇ ਪਾਈ ਗੁੰਦਾਂ ਦੇ ਨਾਮ ਪ੍ਰਸਿੱਧ ਹਨ ਤੇ ਗੁਰੂ ਜੀ ਨੇ ਸੰਗਤਿਆ ਪਾਈ ਸੰਗਤੀਆਂ ਦਾ ਨਾਮ ਗੁਰੂ ਜੀ ਨੇ ਚੇਂਜ ਕਰਤਾ ਸੀ ਕੀ ਰੱਖਤਾ ਸੀਗਾ ਪਾਈ ਫੇਰੋ ਰੱਖ ਦਿੱਤਾ ਸੀਗਾ ਤੇ ਉਸ ਨੂੰ ਕੇਂਦਰੀ ਪੰਜਾਬ ਦੇ ਲਾਹੌਰ, ਕਸੂਰ, ਚੁੰਨੀਆਂ ਅਾਦੀ ਲਖ ਕੇ ਦਾ ਪ੍ਰਚਾਰਕ ਥਾਪਿਆ ਮਤਲਬ ਜਿਹੜੇ ਜਿਹੜੇ ਪਰਸਨ ਸੀਗੇ ਹਰ ਇੱਕ ਨੂੰ ਗੁਰੂ ਜੀ ਨੇ ਏਗੇ ਡਿਵਾਈਡ ਡਿਵਾਈਡ ਕਰਕੇ ਦਿੱਤਾ ਵੀ ਤੁਸੀਂ ਉਸ ਜੱਥੇ ਪ੍ਰਚਾਰ ਕਰੋਗੇ ਤੁਸੀਂ ਇੱਥੇ ਪ੍ਰਚਾਰ ਕਰੋਗੇ ਇਸੇ ਤਰ੍ਹਾਂ ਭਾਈ ਪੰਜਾਬ ਭਾਈ ਭਗਤ ਤੇ ਭਾਈ ਪੁੰਦਰ ਨੂੰ ਕੀ ਮਿਲਿਆ ਸੀਗਾ ਮਾਲਵੇ ਵਿੱਚ ਪ੍ਰਚਾਰ ਕਰਨ ਅਤੇ ਸੰਗਤਾਂ ਸਾਫਿਤ ਕਰਨ ਲਈ ਨਿਯੁਕਤ ਕੀਤਾ ਗਿਆ ਸੀਗਾ ਗੁਰੂ ਹਰਾਈ ਜੀ ਦਾ ਆਪ ਵੀ ਧਾਰਮਿਕ ਯਾਤਰਾਵਾਂ ਤੇ ਗਏ ਉਹ ਪਹਿਲਾਂ ਕਰਤਾਰਪੁਰ ਜਾ ਠਹਿਰੇ ਉੱਥੇ ਉਹ ਮੁਕੰਦਰ ਜਲੰਧਰ ਗਏ ਮੁਕੰਦਪੁਰ ਜਲੰਧਰ ਗਏ ਮੁਕੰਦਪੁਰ ਤੋਂ ਉਹ ਦੁਸਾਂਝ ਗਏ ਇੱਥੇ ਕੁਝ ਸਮਾਂ ਠਹਿਰ ਕੇ ਉਹ ਮਾਲਵਾ ਵਿੱਚ ਪੂਜੇ ਤਾਂ ਮਤਲਬ ਕਾਫੀ ਜਗ੍ਹਾ ਜਗ੍ਹਾ ਤੇ ਯਾਤਰਾਵਾਂ ਕੀਤੀਆਂ ਨੇ ਗੁਰੂ ਜੀ ਨੇ ਇਹ ਸਾਰਾ ਕੁਝ ਇੰਗਲਿਸ਼ ਦੇ ਵਿੱਚ ਹੈਗਾ ਇਹ ਆਜੀ 10th ਕਲਾਸ ਦੀ ਬੁੱਕ ਵਾਲਾ ਡਾਟਾ ਹੈਗਾ ਫਿਰ ਆਂਦਾ ਹੈਗਾ ਗੁਰੂ ਹਰਾਈ ਜੀ ਦਾ ਫੂਲ ਨੂੰ ਵਰਦਾਨ ਫੂਲ ਇੱਕ ਛੋਟਾ ਬੱਚਾ ਸੀਗਾ ਤਾਂ ਗੁਰੂ ਜੀ ਨੇ ਕੀ ਉਹਨੂੰ ਦਿੱਤਾ ਸੀਗਾ ਬles ਕੀਤਾ ਸੀਗਾ ਆਪਣੇ ਪ੍ਰਚਾਰ ਦੌਰਿਆਂ ਦੌਰਿਆਂ ਸਮੇ ਮਾਲਵਾ ਦੇ ਇੱਕ ਪਿੰਡ ਨਥਾਣਾ ਬਠਿੰਡਾ ਵਿਖੇ ਮਤਲਬ ਗੁਰੂ ਜੀ ਇੱਥੇ ਗਏ ਸੀ ਪ੍ਰਚਾਰ ਕਰਨ ਲਈ ਤਾਂ ਉਥੇ ਕਾਲਾ ਤੇ ਕਰਮਚੰਦ ਦੇ ਦੋ ਭਰਾ ਸੀਗੇ ਉਹ ਵੀ ਗੁਰੂ ਜੀ ਦੇ ਦਰਸ਼ਨ ਲਈ ਆਇਆ ਕਰਦੇ ਸੀ ਤਾਂ ਇੱਕ ਦਿਨ ਕਾਲਾ ਆਪਣੇ ਦੋ ਭਤੀਜਿਆਂ ਸੰਦਰੀ ਤੇ ਫੂਲ ਨੂੰ ਵੀ ਨਾਲ ਲੈ ਕੇ ਆਇਆ ਤਾਂ ਫੂਲ ਗੁਰੂ ਸਾਹਿਬ ਦੇ ਸਾਹਮਣੇ 꿇 ਕੇ ਆਪਣੇ ਢਿੱਡੂ ਤੇ ਹੱਥ ਫੇਰਨ ਲੱਗਾ ਉਹ ਛੋਟਾ ਬੱਚਾ ਸੀਗਾ ਹੱਥ ਫੇਰਨ ਲੱਗਿਆ ਜਦੋਂ ਗੁਰੂ ਜੀ ਨੇ ਕਾਲੇ ਤੋਂ ਉਸ ਗੱਲ ਦਾ ਅਰਥ ਜਾਨਣਾ ਚਾਹਿਆ ਤਾਂ ਉਸਨੇ ਦੱਸਿਆ ਕਿ ਫੂਲ ਗੁੰਗਾ ਹੈ बोल ਨਹੀਂ ਸਕਦਾ ਅਤੇ ਉਹ ਟੀਡੂ ਤੇ ਹੱਥ ਫੇਰ ਕੇ ਦੱਸਣਾ ਚਾਹੁੰਦਾ ਹੈ ਕਿ ਉਹ ਭੁੱਖਾ ਹੈ ਮਤਲਬ ਬੱਚਾ ਭੁੱਖਾ ਸੀਗਾ ਉਹ ਗੁੰਗਾ ਸੀ ਤੇ ਬੋਲ ਨਹੀਂ ਸਕਦਾ ਸੀਗਾ ਤਾਂ ਦੱਸ ਰਿਹਾ ਸੀਗਾ ਐਕਸਪ੍ਰੈਸ਼ਨਸ ਨਾਲ ਇਸਤੇ ਗੁਰੂ ਜੀ ਨੇ ਫੂਲ ਨੂੰ ਵਰਦਾਨ ਦਿੱਤਾ ਕਿ ਉਹ ਬਹੁਤ ਮਹਾਨ ਪ੍ਰਸਿੱਧ ਤੇ ਧਨવાન ਵਿਅਕਤੀ ਬਣੇਗਾ ਤਾਂ ਗੁਰੂ ਜੀ ਨੇ ਕਿਹਾ ਸੀਗਾ ਕਿ ਤੂੰ ਕਾਫੀ ਫੇਮਸ ਹੋ ਜਾਏਗਾ ਕਾਫੀ ਮਤਲਬ ਪੈਸਾ ਆਏਗਾ ਤੇਰੇ ਪਾਸ ਤਾਂ ਉਸ ਦੀ ਸੰਤਾਨ ਦੇ ਕੋਲ ਜਮਨਾ ਦਾ ਪਾਣੀ ਪੀਣਗੇ ਉਹ ਕਈ ਪੀੜ੍ਹੀਆਂ ਤੱਕ ਰਾਜ ਵੀ ਕਰਨਗੇ ਜਿੰਨੀ ਉਹ ਗੁਰੂ ਦੀ ਸੇਵਾ ਕਰਨਗੇ ਉਨਾ ਹੀ ਉਹਨਾਂ ਦਾ ਮਾਨ ਵਧੇਗਾ ਗੁਰੂ ਜੀ ਦਾ ਵਾਅਦਾ ਠੀਕ ਨਿਕਲਿਆ ਹੁਣ ਦੇਖੋ ਪਟਿਆਲਾ ਨਾਭਾ ਜੀਨ ਦੀਆਂ ਰਿਆਸਤਾਂ ਦੇ ਰਾਜੇ ਫੂਲ ਦੀ ਸੰਤਾਨਾਂ ਵਿੱਚੋਂ ਹੀ ਸਨ ਮਤਲਬ ਤਾਂ ਫੋਰ ਐਗਜ਼ਾਮਪਲ ਮਹਾਰਾਜਾ ਰੰਜੀਤ ਸਿੰਘ ਹੋਗੇ ਤਾਂ ਕਾਫੀ ਨੇ ਸਾਰਿਆਂ ਦੀ ਮਤਲਬ ਪਿੱਛਾ ਕੀ ਸੀਗਾ ਫੂਲ ਦੀ ਸੰਤਾਨ ਦੇ ਸੀਗੇ ਤਾਂ ਸਾਰੇ ਕਾਫੀ ਜ਼ਿਆਦਾ ਨੇ ਰਾਜ ਕੀਤਾਗਾ ਤੇ ਕਾਫੀ ਨੇ ਕੋਲੇ ਪੈਸਾ ਸੀਗਾ ਤਾਂ ਗੁਰੂ ਜਣ ਜਿਹੜੇ ਮਤਲਬ ਵਜਨ ਕੀਤੇ ਸੀ ਬਿਲਕੁਲ ਠੀਕ ਨਿਕਲੇ ਨੇਗੇ ਤੇ ਪਟਿਆਲਾ ਨਾਬਾ ਤੇ ਜੀਨ ਦੇ ਰਿਆਸਤਾਂ ਨੂੰ ਕੀ ਬੋਲਦੇ ਆਪਾਂ ਕਈ ਵਾਰ ਕੀ ਕਿਹਾ ਜਾਂਦਾਗਾ ਪਟਿਆਲਾ ਨਾਬਾ ਤੇ ਜੀਨ ਨੂੰ ਫੁਲਕੀਆਂ ਸਟੇਟਸ ਵੀ ਕਿਹਾ ਜਾਂਦਾ ਆਪਾਂ ਡਿਸਕਸ ਕਰਾਂਗੇ ਅੱਗੇ ਮਹਾਰਾਜਾ ਰੰਜੀਤ ਸਿੰਘ ਦੇ ਮਤਲਬ ਜੋ ਵੀਡੀਓ ਮੈਂ ਅਪਲੋਡ ਕਰੂੰਗੀ ਉਹਦੇ ਅੰਦਰ ਸਪਿੰਡ ਕੀਤਾ ਜਾਏਗਾ ਇਸ ਦਾ ਰਕੂਚੀ ਅੰਗਰੇਜ਼ ਦੇ ਅੰਦਰ ਹੈ ਫਿਰ ਅੰਦਾ ਕ ਦਾਰਾ ਸ਼ਿਕੋ ਦੀ ਸਹਾਇਤਾ ਹੈਲਪ ਟੂ ਦਾਰਾ ਸ਼ਿਕੋ ਇਹ ਆਪਾਂ ਕਰ ਚੁੱਕੇ ਹਾਂ ਸਾਰਾ ਮੈਂ ਤੁਹਾਨੂੰ ਦੱਸ ਚੁੱਕਿਆਗਾ ਦੋਨਾਂ ਦੇ ਆਪਸ ਦੇ ਵਿੱਚ ਲੜਾਈ ਹੋਈ ਸੀ 1658 ਦੇ ਵਿੱਚ ਮੁਗਲ ਸਮਰਾਟ ਸ਼ਾਹ ਜਹਾਂ ਦੇ ਪੁੱਤਰ ਅਮਸ਼ਕਰ ਲੜਾਈ ਕਾ ਦੇ ਵਾਸਤੇ ਹੋਈ ਸੀ ਰਾਜ ਗੱਦੀ ਵਾਸਤੇ ਲੜਾਈ ਹੋਈ ਸੀ ਜਿੱਤਿਆ ਕੌਣ ਸੀਗਾ ਅਰੰਗਦੇਵ ਜੇਤੂ ਹੋਇਆ ਸੀਗਾ ਤੇ ਉਹ ਹਾਰ ਗਿਆ ਸੀ ਦਾਰਾ ਸ਼ਿਕੋ ਤੇ ਤੇ ਗੁਰੂ ਹਰਾਈ ਨਾਲ ਮਿੱਤ ਤਪੂਰਨ ਸੰਬੰਧ ਸਨ ਕਿਹਦੇ ਦਾਰਾ ਸ਼ਿਕੋ ਦੇ ਤਾਂ ਇਹ ਸਾਰਾ ਆਪਾਂ ਦੇਖ ਚੁੱਕੇ ਹਾਂਗੇ ਵੀਰ ਅੰਦਾਗਾ ਔਰੰਗਜ਼ੇਬ ਦਾ ਗੁਰੂ ਹਰਾਈ ਜੀ ਨੂੰ ਦਿੱਲੀ ਬੁਲਾਣਾ ਹੁਣ ਦੇਖੋ ਔਰੰਗਜ਼ੇਬ ਨੇ ਮਤਲਬ ਆਪਦੀ ਜਿੱਤ ਜਿੱਤ ਮਤਲਬ ਆਪਸ ਲੜੇ ਸੀਗੇ ਤਾਂ ਗੱਦੀਆਂ ਨਹੀਂ ਮਿਲ ਗਈ ਸੀਗੀ ਰਾਜ ਗੱਦੀ ਸੰਭਾਲ ਲੈਣ ਮਗਰੋਂ ਦਿੱਲੀ ਦੇ ਬਾਦਸ਼ਾਹ ਹੁਣ ਬਾਦਸ਼ਾਹ ਕੌਣ ਬਣ ਗਿਆ ਸੀਗਾ ਔਰੰਗਜ਼ੇਬ ਔਰੰਗਜ਼ੇਬ ਨੇ ਗੁਰੂ ਹਰਾਈ ਜੀ ਨੂੰ ਦਿੱਲੀ ਬੁਲਾਇਆ ਬੁਲਾਇਆ ਤਾਂ ਉਹਨੇ ਗੁਰੂ ਹਰਾਈ ਜੀ ਹਰਾਈ ਜੀ ਨੂੰ ਸੀ ਬਟ ਗਿਆ ਕੌਣ ਸੀਗਾ ਆਪਦੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜਿਆ ਸੀਗਾ ਗੁਰੂ ਹਰਾਈ ਜੀ ਨੇ ਉਹਨੇ ਬੁਲਾਇਆ ਕਿਉਂ ਸੀਗਾ ਇੱਕ ਤਾਂ ਉਹ ਗੁਰੂ ਜੀ ਨੂੰ ਉਹਨਾਂ ਵੱਲੋਂ ਦਾਰਾ ਸ਼ਿਕੋਰਨ ਦਿੱਤੀ ਸਹਾਇਤਾ ਬਾਰੇ ਪੁੱਛਣਾ ਚਾਹੁੰਦਾ ਸੀ ਤੇ ਦੂਜਾ ਉਹ ਗੁਰੂ ਜੀ ਤੋਂ ਇਹ ਪੁੱਛਣਾ ਚਾਹੁੰਦਾ ਸੀ ਕਿ ਕਿਤੇ ਸਿੱਖ ਧਰਮ ਮੁਸਲਮਾਨ ਧਰਮ ਦੇ ਖਿਲਾਫ ਤਾਂ ਨਹੀਂ ਹੈ ਤਾਂ ਇਹ ਕੱਲ ਉਹਨੇ ਕਨਫਰਮ ਕਰਨਿਆ ਸੀ ਗੁਰੂ ਜੀ ਨੂੰ ਤਾਂ ਗੁਰੂ ਜੀ ਨੇ ਆਪ ਨਾ ਆਪ ਜਾਣਦੀ ਥਾ ਦਿੱਲੀ ਤਾਂ ਉਹਨੇ 14-15 ਸਾਲ ਦੇ ਆਪਣੇ ਵੱਡੇ ਪੁੱਤਰ ਕਿਉ ਨੂੰ ਭੇਜਿਆ ਸੀਗਾ ਰਾਮ ਰਾਏ ਨੂੰ ਤਾਂ ਰੰਗਜੀਵ ਨੇ ਉਸ ਤੋਂ ਆਸਾਂ ਦੀ ਵਾਰ ਆਸਾਂ ਦੀ ਵਾਰ ਕਿਨੇ ਲਿਖੀ ਹੋਈ ਹੈਗੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈਗੀ ਉਹਦੇ ਸ਼ਲੋਕ ਸੀਗੇ ਕਿੜਾ ਮਿੱਟੀ ਮੁਸਲਮਾਨ ਕੀ ਕੀ ਪੇੜੇ ਪਈ কুমਹਾਰ ਕੜ ਮਿੱਟੀ ਭਾਂਡੇ ਕਿयां ਜਲਦੀ ਕਰੇ ਪਕਰ ਹੋ ਸਕਦਾ ਸੌਰੀ ਫੋਰ ਪ੍ਰੋਨਨਸੀਏਸ਼ਨ ਅਗਰ ਰੋਂਗ ਹੈਗੀ ਠੀਕੇ ਦੇਖ ਲੈਣਾ ਇਸ ਨੂੰ ਮਿੱਟੀ ਮੁਸਲਮਾਨ ਦੀ ਵਰਡ ਦੀ ਜਗ੍ਹਾ ਤੇ ਉਹਨੇ ਬੋਲਿਆ ਸੀਗਾ ਮਿੱਟੀ ਬੇਈਮਾਨ ਕੀ ਉਹਨੇ ਵਰਡਸ ਚੇਂਜ ਕਰਤੇ ਸੀਗੇ ਰਾਮ ਰਾਏ ਜੀ ਨੇ ਤਾਂ ਗੁਰੂ ਜੀ ਕਾਫੀ ਦੁਖੀ ਹੋਏ ਸੀਗੇ ਇਸ ਚੀਜ਼ ਨਾਲ ਕਿਉਂਕਿ ਲਿਖਿਆ ਗੁਰੂ ਨਾਨਕ ਦੇਵ ਜੀ ਨੇ ਜੋ ਮਤਲਬ ਵਰਡਸ ਕਹੇ ਸੀਗੇ ਉਹਨੂੰ ਗੁਰੂ ਰਾਮ ਰਾਏ ਨੇ ਚੇਂਜ ਕਰਤੇ ਸੀਗੇ ਤਾਂ ਗੁਰੂ ਹਰਾਇ ਜੀ ਕਾਫੀ ਦੁਖੀ ਹੋਏ ਸੀਗੇ ਇਸ ਚੀਜ਼ ਨਾਲ ਤਾਂ ਬਾਰੇ ਮੁਸਲਮਾਨ ਸ਼ਬਦ ਸਪਸ਼ਟੀਕਰਨ ਮੰਗਿਆ ਵੀ ਅਸੀਂ ਮੁਸਲਮਾਨ ਸ਼ਬਦ ਦਾ ਅਰਥ ਕੀ ਹੈ ਤਾਂ RAM ਰਾਏ ਨੇ ਬੜੇ ਚਤਰਾਈ ਨਾਲ ਜਵਾਬ ਦਿੱਤਾ ਕਿ ਇਸ ਸ਼ਲੋਕ ਵਿੱਚ ਮੁਸਲਮਾਨ ਸ਼ਬਦ ਗਲਤੀ ਨਾਲ ਲਿਖਿਆ ਗਿਆ ਹੈ ਇਸ ਦੀ ਥਾਂ ਤੇ ਅਸਲੀ ਸ਼ਬਦ ਮਨ ਕੀਆ ਸ਼ਬਦ ਕੀ ਆਏਗਾ ਬੇਈਮਾਨ ਹੈ ਤਾਂ ਇਸ ਉੱਤਰ ਨਾਲ ਮੰਗਲ ਸਮਰਾਟ ਨੂੰ ਲੰਘ ਜਬ ਤਸੱਲੀ ਹੋ ਗਈ ਪਰ ਗੁਰੂ ਹਰਾਇ ਜੀ ਕਾਫੀ ਦੁਖੀ ਹੋਏ ਸੀਗੇ ਇਸ ਆਨਸਰ ਨਾਲ ਫਿਰ ਅੰਦਾਜ਼ਾ ਕਿ ਗੁਰੂ ਜੀ ਨੇ ਆਪਦਾ ਅੱਗੇ ਅਪੁਆਇੰਟਮੈਂਟ ਕਿਉਂ ਦਿੱਤੀ ਸੀਗੀ ਉਤਰਾਧਿਕਾਰਕ ਕਿਉਂ ਨਿਯੁਕਤ ਕੀਤਾ ਸੀਗਾ ਕਿਉਂਕਿ ਰਾਮ ਰਾਏ ਨੇ ਔਰੰਗਜ਼ੇਬ ਵગેਰੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਬਦਲ ਦਿਆ ਸੀਗਾ ਤਾਂ ਉਹਨੇ ਆਪਦੀ ਬਾਣੀ ਬਦਲਦੇ ਕਾਇਰਤਾ ਦਿਖਾਈ ਸੀਗੀ ਤਾਂ ਇਸ ਲਈ ਗੁਰੂ ਹਰਾਈ ਜੀ ਨਾਰਾਜ਼ ਹੋ ਗਏ ਸੀ ਤੇ ਉਹਨੂੰ ਬਲਕਿ ਰਾਮਾਏ ਜੀ ਨੇ ਉੱਥੇ ਜਾ ਕੇ ਮਾਫੀ ਵੀ ਮੰਗੀ ਸੋਰੀ ਵੀ ਕਿਹਾ ਗੁਰੂ ਜੀ ਨੂੰ ਬਟ ਗੁਰੂ ਜੀ ਖੁਸ਼ ਨਾ ਹੋਏ ਤਾਂ ਗੁਰੂ ਜੀ ਨੇ ਇਸ ਘਟਨਾ ਤੋਂ ਬਾਅਦ ਆਪਣੇ ਛੋਟੇ ਤੇ ਪੰਜ ਕੁ ਸਾਲਾਂ ਦੇ ਪੁੱਤਰ ਹਰਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਥਾਂਪ ਦਿੱਤਾ ਸੀਗਾ ਤਾਂ ਕੌਣ ਬਣ ਗਿਆ ਸੀਗਾ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਗੱਦੀ ਸੌਂਪ ਦਿੱਤੀ ਸੀਗੀ ਗੁਰੂ ਜੀ ਦੀ ਡੈਥ ਕਦੋਂ ਹੋ ਗਈ ਸੀਗੀ 6 ਅਕਤੂਬਰ 1661 ਨੂੰ ਆਪ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ ਸੀਗੇ ਗੁਰੂ ਹਰਰਾਏ ਜੀ ਹੁਣ ਦੇਖੋ ਜਿਹੜਾ ਆਹ ਵਾਲੀ ਚੀਜ਼ ਆਪਾਂ ਮੈਂ ਤੁਹਾਨੂੰ ਕਰਵਾਤੀ ਹੈਗੀ ਵੀ ਗੁਰੂ ਜਿਹੜੇ RAMRAI ਸੀਗੇ ਉਹਨੇ ਗਲਤ ਵਰਡਸ ਬੋਲੇ ਸੀਗੇ ਇਹਨਾਂ ਸ਼ਲੋਕ ਚੇਂਜ ਕਰਤੇ ਸੀਗੇ ਤਾਂ ਇਹਨਾਂ ਨਾਲ ਗੁਰੂ ਜੀ ਦੁਖੀ ਹੋਏ ਜੀ ਬਟ ਰੰਗਜੀਵ ਕੀ ਸੀਗਾ ਕਾਫੀ ਮਤਲਬ ਖੁਸ਼ ਹੋਇਆ ਇਸ ਚੀਜ਼ ਨਾਲ ਤਾਂ ਰੰਗਜੀਵ ਨੇ ਕੀ ਕੀਤਾ ਗੁਰੂ RAMRAI ਜੀ ਨੂੰ ਕੀ ਸੀ ਕਿ ਜਗ੍ਹਾ ਦਿੱਤੀ ਸੀਗੀ ਤੇ ਉਹ ਜਗ੍ਹਾ ਕੀ ਹੈਗੀ ਉੱਥੇ ਇੱਕ ਦੂਨ ਨਾਮ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਛੋਟਾ ਜਿਹਾ ਏਰੀਆ ਸੀਗਾ ਦੂਨ ਨਾਮ ਦੇ ਏਰੀਏ ਦੇ ਵਿੱਚ ਉੱਥੇ ਗੁਰੂ ਜੀ ਨੇ ਕਿਹਾ ਵੀ ਤੂੰ ਉਹਦਾ ਡੇਰਾ ਬਣਾ ਲੈ ਡੇਰਾ ਬਣਾ ਲੈ ਧੂਨ ਵੈਲੀ ਦੇ ਵਿੱਚ ਤਾਂ ਨਾਮ ਕੀ ਪੈ ਗਿਆ ਸੀਗਾ ਡੇਰਾ ਧੂਨ ਤੇ ਜਿਹੜਾ ਅੱਜਕੱਲ ਕਿੱਥੇ ਹੈਗਾ ਉੱਤਰਾਖੰਡ ਦੇ ਵਿੱਚ ਹੈਗਾ ਡੇਰਾ ਧੂਨ ਤਾਂ ਕੀ ਸੀਗਾ ਉੱਥੇ ਗੁਰਦੁਆਰਾ ਕਿਹੜਾ ਬਣਿਆ ਹੋਇਆਗਾ ਹੁਣ ਗੁਰੂ ਰਾਮ ਰਾਏ ਦਰਬਾਰ ਸਾਹਿਬ ਬੋਲੇ ਜਾਂਦਾਗਾ ਜਾਂ ਬੋਲੇ ਜਾਂਦਾਗਾ ਗੁਰੂ ਰਾਮ ਰਾਏ ਗੁਰਦੁਆਰਾ ਜੀਉਂ ਜਵਾਕੀ ਨੇ ਦਿੱਤੀ ਸੀ ਕਿ ਗੁਰੂ ਸੋਰੀ ਆਪਣੇ ਰਾਂਗਜੀਵ ਨੇ ਜਗ੍ਹਾ ਦਿੱਤੀ ਸੀਗੀ ਗੁਰੂ ਰਾਮ ਰਾਏ ਜੀ ਨੂੰ ਤੇ ਇਹ ਇਸਟੈਬਲਿਸ਼ ਕਿੱਥੇ ਗੁਰਦੁਆਰਾ ਦੇਰਾ ਦੂਨ ਦੇ ਵਿੱਚ ਇਹ ਗੁਰਦੁਆਰਾ ਦਾ ਉੱਤਰਾਖੰਡ ਦੇ ਵਿੱਚ ਇਹ ਪਲੇਸ ਹੈਗੀ ਤਾਂ ਤੁਹਾਨੂੰ ਥੋੜਾ ਆਈਡੀਆ ਹੋਣਾ ਚਾਹੀਦਾ ਕਿ ਇਹ ਵਾਲਾ ਗੁਰਦੁਆਰਾ ਕਿੱਥੇ ਹੈਗਾ ਕੀ ਦੇ ਨਾਮ ਤੇ ਇਹ ਗੁਰਦੁਆਰਾ ਹੈਗਾ ਗੁਰੂ ਰਾਮ ਰਾਏ ਦਰਵਾਰ ਸਾਹਿਬ ਮਤਲਬ ਗੁਰੂ ਹਰ ਰਾਏ ਜੀ ਦੇ ਵੱਡੇ بیٹے ਨੇ ਕਿ ਗੁਰੂ ਰਾਮ ਰਾਏ ਫਿਰ ਆਂਦਾ ਗਾ ਹੁਣ ਦੇਖੋ ਗੁਰੂ ਜੀ ਨੂੰ ਕਾਫੀ ਜਿਹੜੇ ਬੂਟਿਆਂ ਬਾਰੇ ਨੌਲੇ ਸੀ ਤਾਂ ਉੱਥੇ ਕੀ ਹੈ ਕੀਰਤਪੁਰ ਦੇ ਵਿੱਚ ਇੱਕ ਆਵੀ ਇੰਸਟੀਚਿਊਟ ਵੀ ਹੈਗਾ ਕਿਹੜਾ ਆਯੁਰਵੈਦਿਕ ਹਰਬਲ ਮੈਡੀਸਨ ਹਸਪੀਟਲ ਹੈਗਾ ਤੇ ਇੱਕ ਰਿਸਰਚ ਸੈਂਟਰ ਵੀ ਹੈ ਕੀਰਤਪੁਰ ਸਾਹਿਬ ਦੇ ਅੰਦਰ ਤਾਂ ਇਹ ਤੁਹਾਨੂੰ ਥੋੜਾ ਆਈਡੀਆ ਹੋਣਾ ਚਾਹੀਦਾ ਹੈਗਾ ਇਸ ਦੇ ਬਾਰੇ ਫਿਰ ਆਂਦਾ ਹੈਗਾ ਵਿਚ ਸਿੱਖ ਗੁਰੂ ਵਾਸ ਬੋਰਨ ਐਂਡ ਡੈੱਡ ਐਟ ਦ ਸੇਮ ਪਲੇਸ ਉਹ ਕਹਿੰਦੇ ਕਿਹੜੇ ਸਿੱਖ ਗੁਰੂ ਨੇ ਜਿਨ੍ਹਾਂ ਦਾ ਜਨਮ ਸਥਾਨ ਤੇ ਉਹਨਾਂ ਦਾ ਜਨਮ ਸਥਾਨ ਤੇ ਡੈਥ ਪਲੇਸ ਸੇਮ ਹੈਗੇ ਇਹ ਹੈਗੇ ਨੇ ਕਿ ਗੁਰੂ ਹਰ Rai ਜੀ ਸੱਤਵੇਂ ਸਿੱਖ ਗੁਰੂ ਜਿਨ੍ਹਾਂ ਦਾ ਜਨਮ ਵੈਸੇ ਕੀਰਤਪੁਰ ਸਾਹਿਬ ਦੇ ਵਿੱਚ ਡੈਥ ਕਿੱਥੇ ਹੋਏ ਸੀ ਕੀਰਤਪੁਰ ਸਾਹਿਬ ਦੇ ਵਿੱਚ ਇੱਕੋ ਇੱਕ ਗੁਰੂ ਨੇ ਜਿਨ੍ਹਾਂ ਦਾ ਬਰਥਪਲੇਸ ਤੇ ਡੈਥ ਪਲੇਸ ਸੇਮ ਹੈਗਾ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈਗਾ ਸੋ ਥੈਂਕ ਯੂ